ਤੁਸੀਂ ਲਬੈਕ ਵਾਸਤੇ ਤਿਆਰ ਕਰੋ ਆਪਣੀਆਂ ਫੋਰਸਾਂ। ਇਹਨਾਂ ਨੂੰ ਜਨਾਬ ਕਿਉਂ ਜੀ ਲਬੈਕ ਦਾ ਨਾਰਾ ਕਿਉਂ ਇੱਥੇ ਲੱਗ ਰਿਹਾ? ਇਹ ਤੇ ਲੱਗਣਾ, ਇਹ ਤੇ ਲੱਗਣਾ। ਜੇ ਇਸ ਨਾਰੇ ਤੇ ਕਿਸੇ ਨੂੰ ਇਤਰਾਜ਼ ਹੈ ਤੇ ਪਹਿਲੇ ਸਭ ਤੋਂ ਕੈਦ ਆਜ਼ਮ ਦੀ ਕਬਰ ਤੇ ਜਾਓ ਜੀ। ਤੁਸੀਂ ਪਾਕਿਸਤਾਨ ਦਾ ਮਤਲਬ ਵਿੱਚ ਕਿਉਂ ਨਾਰਾ ਲਾਇਆ? ਇਹ ਨਾਰਾ ਤੇ ਦੀ ਬੁਨਿਆਦਾਂ ਵਿੱਚ ਸ਼ਾਮਿਲ ਹੈ, ਇਹ ਹਜ਼ੂਰ ਨਾਲ ਵਫਾਦਤ ਤੋਂ ਬੁਨਿਆਦਾਂ ਵਿੱਚ ਸ਼ਾਮਿਲ ਹੈ। ਪਾਕਿਸਤਾਨ ਦਾ ਮਤਲਬ ਕਿਆ? ਤੁਸੀਂ ਤੁਹਾਡੇ ਮੂੰਹ ਕਦੇ ਨਹੀਂ ਫੁੱਟੇ 72 ਸਾਲ ਵਿੱਚ, ਤੁਸੀਂ ਕਿਹਾ ਹੋਵੇ ਕਿ ਪਾਕਿਸਤਾਨ ਦਾ ਮਤਲਬ ਕਿਆ? ਤੁਸੀਂ ਤਾਂ ਕੌਮ ਨੂੰ ਰੋਟੀ ਵੱਲ ਲਾਇਆ। ਉਸ ਵੇਲੇ ਕਹਿੰਦੇ ਆਜ਼ਮ ਇਹ ਨਾਰਾ ਲਾਉਂਦੇ ਨੇ ਕਿ ਰੋਟੀ ਲੈਣੀ ਬਈ ਚਲੀਏ ਪਾਕਿਸਤਾਨ, ਇਹ ਰੋਟੀ ਦਾ ਨਾਰਾ ਲੱਗੇ ਸੀ।